ਅਰਬੀ ਘੋੜਿਆਂ ਦੀ ਗਿਣਤੀ ਵੱਧ ਰਹੀ ਹੈ, ਦੇਸੀ ਖੱਚਰਾਂ ਦੀ ਗਿਣਤੀ ਘੱਟ ਰਹੀ ਹੈ। ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲ, ਫੁਟਕਲ ਮਾਲ ਬਾਹਰ ਜਾ ਰਿਹਾ। ਜਿਹੜੇ ਬੰਦੇ ਆਈਡੀਓਲੋਜੀ ਨਾਲ ਕਮਿਟਡ ਨਹੀਂ ਨੇ, ਜਿਨ੍ਹਾਂ ਦੀ ਆਈਡੀਓਲੋਜੀ ਹੈ ਕਿ ਸਿਕਿਉਰਿਟੀ ਰੱਖਣੀ, ਜਿਨ੍ਹਾਂ ਨੇ ਆਪਣੀ ਜ਼ਮੀਰ ਵਿੱਚ ਹੀ, ਮੈਂ ਤੁਸੀਂ ਬਿੱਟੂ ਨਾਲ ਹੀ ਗੱਲ ਕਰ ਲਈ ਹੈ, ਸਰਦਾਰ ਮਹਿਰੂਮ ਦਲਵੀਰ ਸਿੰਘ ਖੰਗੂੜਾ ਗੋਲਡੀ ਨੂੰ ਲੈ ਕੇ ਪ੍ਰਤਾਪ ਬਾਜਵੇ ਦਾ ਵੱਡਾ ਬਿਆਨ। ਦਲਵੀਰ ਸਿੰਘ ਖੰਗੂੜਾ ਗੋਲਡੀ ਨੂੰ ਕਿਹਾ, ਸਰੇਆਮ ਖੱਚਰ ਗਧੀਆਂ ਸਾਡੀ ਪਾਰਟੀ ਵਿੱਚੋਂ ਜਾ ਰਹੀਆਂ ਨੇ। ਇਸ ਕਿਸਮ ਦੇ ਗਦਾਰ ਜਿਹੜੇ ਨੇ ਆਪਣੀ ਮਾਂ ਦੀ ਪੇਠੇ ਛੁਰਾ ਮਾਰ ਕੇ ਜਾਂਦੇ ਨੇ, ਤੋ ਮੈਂ ਸਾਹਮਣੇ ਇਹੋ ਜਿਹਾ ਗੰਦ ਕਾਂਗਰਸ ਚੋਂ ਜਿਹੜਾ ਨਿਕਲ ਰਿਹਾ, ਜਿਹਨਾਂ ਦੀ ਕਮਿਟਮੈਂਟ ਨਿਰੀ ਤਾਕਤ ਦੇ ਨਾਲ, ਜਿਹਨਾਂ ਦੀ ਕਮਿਟਮੈਂਟ ਮੈਂ ਅਕਸਰ ਸੁਣਨਾ, ਮੇਰੀ ਸੀਟ ਖੋਲੀ, ਉਹ ਸੀਟ ਤੇ ਜਮਾਤਾਂ ਦੀ ਹੁੰਦੀ, ਪਾਰਟੀਆਂ ਦੀ ਹੁੰਦੀ, ਇਹ ਤੁਹਾਡੀ ਕੋਈ ਜੱਦੀ ਜਾਇਦਾਦ ਥੋੜਾ। ਤੁਸੀਂ ਕਹਿੰਦੇ ਮੇਰੀ ਸੀਟ ਖੋਲੀ, ਫਿਰ ਇਹ ਤੇ ਕਾਂਗਰਸ ਨੇ ਫੈਸਲਾ ਕਰਨਾ। ਕਾਂਗਰਸ ਦੇ ਸਾਬਕਾ MLA ਦਲਵੀਰ ਸਿੰਘ ਖੰਗੂੜਾ ਗੋਲਡੀ, ਜੋ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ, ਕਾਂਗਰਸ ਨੂੰ ਛੱਡ ਕੇ ਜਿੱਥੇ ਕਿ ਦੋ ਤੋਂ ਦਲਵੀਰ ਸਿੰਘ ਖੰਗੂੜਾ ਗੋਲਡੀ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਹਨ। ਤੁਸੀਂ ਦਲਵੀਰ ਸਿੰਘ ਖੰਗੂੜਾ ਗੋਲਡੀ ਬਾਰੇ ਕੀ ਕਹਿਣਾ ਚਾਹੋਗੇ, ਆਪਣੀ ਰਾਏ ਜ਼ਰੂਰ ਦਿਓ।